मैं पूछना चाहना भगतो सोडे कोलों थोड़ा सरकारी साध किथे अज कल हो बोरियां चक्की फिरदा सी बड़ी उदों मिर्चां लगियां चीकां मारदे सी भगतो कि साडे सरकारी साध सीचीवाल बारे ऐ बोल रहा है बड़ा रौला पाया सी उहने हवा दूषित हो गई पानी बर्बाद हो गया धरती जहरीली होगी लियाओ ना फिर हुण इत्थे साध नूं इत्थे आपां तार के एक दिन बोरियां लियाओ चुका के उहनूं लागे बन्न इत्थे रोकीए जिहड़ा बुढ़ा नाला बन के जहर कैमिकल साडे पानियां नूं बर्बाद कर रहे है साडे लोकां नूं कैंसर पीड़ गए पशु तक मर रहे है बाग उजड़ गए फाजिलका बोर दे एरिए दे विच तबाह हो गए लोग अपाहा जवाक पैदा हो रहे ने लियाओ ना इत्थे हुण कित्थे गया थोड़ा सरकारी साध गया सैशन चलता प्रधान लोग सभा का इजलास चल रहा है थोड़े सरकारी साध नूं कहे बोले जाके उत्थे करे पंजाब दे पानियां दी हक करे राय पर सिद्धांतां दी गल करे आह जिहड़ियां जहरीलियां डाइंग फैक्टरियां सारियां लिया के दखण दे विचों लुधियाणे च लातियां ते सानूं जहर दे के मारिया जा रहा है कराओ गल बड़ियां चीकां मारियां सी साडे भगत नूं साडे साध नूं सरकारी साध कहिंदा है ओए उत्थे ड्रामे करन दा तुसीं वाधू आ इत्थे कित्थे सी तुसीं ओए हुण लियाओ ना मैं देखूं थोड़े वड्डे साध नूं ते नाले थोड़े कपौड़ सिंह मुख्यमंत्री नूं जिहड़ा खड़ खड़ वीडियो पाउंदा हुंदा जिहड़ा कहिंदा सीगा इहनां ने धरती तबाह करती इह बोर करके थल्ले पाई जांदे आ पाणी हुण दिखणों हट गए बोर कि चढ़ावा चढ़न लग गया कि जिहड़ी उह कई करोड़ दी मुंदरी पैण लग गई बीबा जी दे उंगल च उह कित्थों आउंदे आ हट अपनी भैण जी दे जिहड़े गहिणां नाल लद्दे होए आह गल हार शिंगार कीता होया जिमी चू दे पाए होए सैंडल ਤੇ 2-2 ਲੱਖ ਦੇ ਪਾਏ ਹੋਏ ਸ਼ੂਟ ਫਿਰ ਇਹ ਜਿਹੜੇ ਵੱਡੇ ਵੱਡੇ ਆ ਫੈਕਟਰੀਆਂ ਦੇ ਮਾਲਕ ਹੈ ਇਹੀ ਗਿਫਟ ਦੇ ਕੇ ਆਉਂਦੇ ਆ ਤਾਂ ਹੀ ਇਹਨਾਂ ਦੀ ਜ਼ਰੂਰਤ ਨਹੀਂ ਕਾਤ ਨਹੀਂ ਇਹਨਾਂ ਦੀ ਕਿ ਹੱਥ ਪਾ ਲੈਣਗੇ ਇਹਨਾਂ ਨੂੰ ਪਾਓ ਇੱਥੇ ਕਦੋਂ ਜਾ ਕੇ ਆ ਆ ਬਰਬਾਦੀ ਜਿਹੜੀ ਸਾਡੀ ਹੋ ਰਹੀ ਆ ਹੋਰ ਸੁਣ ਲਓ ਪੰਜਾਬ ਦੇ ਲੋਕੋ ਅਕਲ ਨੂੰ ਹੱਥ ਮਾਰੋ ਵਾ ਜਿਹੜੀਆਂ ਬੈਠੀਆਂ ਤਾੜੀਆਂ ਤੁਸੀਂ ਮਾਰਦੇ ਹੁੰਦੇ ਹੋ ਤਾੜੀਆਂ ਮਾਰਦੇ ਹੋ ਆ ਸੁਣ ਲਓ ਸਾਰਾ ਇਹਦਾ ਤੁਹਾਨੂੰ ਮੈਂ ਕੱਲੀ ਕੱਲੀ ਅੱਜ ਵੈਸੇ ਤਾਂ ਮੈਨੂੰ ਲੱਗਦਾ ਕਿ ਇਹਦਾ ਵਿਰੋਧ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਇਹਦੀਆਂ ਇਹਦਾ ਵਿਰੋਧ ਤਾਂ ਇਹਦੀਆਂ ਗੱਲਾਂ ਹੀ ਕਰੀ ਜਾਂਦੀਆਂ ਆਪਦੀਆਂ ਗੱਲਾਂ ਨੂੰ ਇਹ ਆਪ ਹੀ ਕੱਟੀ ਜਾਂਦਾ ਆਹ ਸੁਣ ਲਓ ਦੁਬਾਰੇ ਕੱਤੂ ਦੇ ਪੈਸੇ ਦਿਉਂਗਾ ਇਹਨਾਂ ਨੂੰ ਪਤਾ ਕੱਤੂ ਦੇ ਪੈਸੇ ਕੀ ਹੁੰਦੇ ਆ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦਿਉਂਗਾ ਮੈਂ 15 ਅਗਸਤ ਤੋਂ ਪਹਿਲਾਂ ਸਪੈਸ਼ਲ ਗਰਦੌਰੀ ਕਰਕੇ ਪੈਸੇ ਦੇਵਾਂਗੇ ਖਜ਼ਾਨੇ 'ਚ ਕੋਈ ਘਾਟ ਨਹੀਂ ਯਾਰ ਇਹ ਕਹਿੰਦੇ ਕੇਂਦਰ ਤੋਂ ਮੰਗ ਲਓ ਕਿਉਂ ਮੰਗਣਾ ਬਹੁਤ ਪੈਸਾ ਕਣਕ ਵਾਲੇ ਨਹੀਂ ਦਿੱਤੇ ਸੁਣ ਲਓ ਇਹ ਇੱਕ ਇੱਕ ਦੀ ਇਹ ਸੁਣ ਲਓ ਇੱਕ ਤੁਹਾਨੂੰ ਹੋਰ ਸੁਣਾਉਣਾ ਇਹ ਇਹ ਜਿਹੜੇ ਆ ਸੁਣ ਲਓ ਆ ਵੀ ਸੁਣ ਲਓ ਆਪਣਾ ਕਰੇ ਕੋਈ ਇਦਾਂ ਦਾ ਫਸਲਾਂ ਦਾ ਨੁਕਸਾਨ ਹੋਵੇ ਅਗਲੀ ਵਾਰ ਤੋਂ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਬਾਕੀ ਸਭ ਬਾਅਦ ਚ ਹੁੰਦਾ ਰਹੂਗਾ ਜਿਵੇਂ ਦਿੱਲੀ ਦੇ ਵਿੱਚ ਹੁੰਦਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਦੀ ਹੈ ਪਹਿਲਾਂ 20,000 ਏਕੜ ਦਾ ਉਹ ਪੈਸੇ ਦੇ ਦਿੰਦੇ ਆ ਪਹਿਲਾਂ ਲਓ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਫਿਰ ਦੇਖਾਂਗੇ ਆਪਣੀ ਕਬੀਲਦਾਰੀ ਚਲਾਓ ਇਹ ਗੱਲਾਂ ਇਹਨੇ ਕਦੋਂ ਕਹੀਆਂ ਸੀ ਜਦੋਂ ਗੜਿਆ ਨਾ ਫਸਲ ਮਰੀ ਆ ਗਿਆ 15,000 ਸਿੱਧਾ ਝੋਨਾ ਲਵਾਈ ਦੇ ਆ ਗਏ ਮੂੰਗੀ ਦੀ MSP ਮਿਲ ਗਈ ਮੱਕੀ ਵਾਲੇ ਮਿਲ ਗਏ ਇੱਥੇ ਐਡੇ ਐਡੇ ਰੋਡ ਦਾ ਇਹ ਬਿਨਾਂ ਟਾਇਰਾਂ ਤੋਂ ਰੋੜੀ ਜਾਂਦਾ ਬਿਨਾਂ ਟਾਇਰਾਂ ਤੋਂ ਓਏ ਸਾਡੇ ਲੋਕ ਹੋਏ ਪਏ ਆ ਥੱਲੇ ਬੱਲੇ ਬੱਲੇ ਚੱਕਦੇ ਮਾਨ ਸਾਹਿਬ ਇੱਕ ਪਾਸੇ ਕਹੀ ਜਾਂਦਾ ਆ ਮੈਂ ਸੈਂਟਰ ਤੋਂ ਪੈਸਾ ਕਿਉਂ ਮੰਗਾ ਮੈਂ ਭੀਖ ਕਿਉਂ ਮੰਗਾ ਪਹਿਲੀ ਗੱਲ ਤਾਂ ਅਸੀਂ ਟੈਕਸ ਦਿੰਦੇ ਹਾਂ ਸੈਂਟਰ ਦਾ ਹੱਕ ਬਣਦਾ ਸਾਨੂੰ ਪੈਸਾ ਦੇਣ ਦਾ ਕੋਈ ਭੀਖ ਨਹੀਂ ਮੰਗ ਰਹੇ ਇੱਕ ਪਾਸੇ ਇਹ ਕੁਛ ਹੋਰ ਕਹਿੰਦਾ ਉਹ ਵੀ ਤੁਸੀਂ ਸੁਣੀ ਹੋਣੀ ਆ ਤੁਹਾਨੂੰ ਸੁਣਾ ਦਿੰਦਾ ਮੈਂ ਉਹ ਵੀ ਸੁਣੀ ਹੋਣੀ ਆ ਤੁਸੀਂ ਜਿੱਥੇ ਇਹ ਆਪ ਕੁਛ ਹੋਰ ਕਹਿੰਦਾ ਤੇ ਇਹਦਾ ਜਿਹੜਾ ਮੰਤਰੀ ਚੀਮਾ ਉਹ ਕੁਛ ਹੋਰ ਕਹੀ ਜਾਂਦਾ ਇਹ ਕਹਿੰਦਾ ਅਸੀਂ ਭੀਖ ਨਹੀਂ ਮੰਗਣੀ ਅਸੀਂ ਪੈਸਾ ਨਹੀਂ ਲੈਣਾ ਉਹ ਕਹਿੰਦਾ ਅਸੀਂ ਸੈਂਟਰ ਤੋਂ 1500 ਕਰੋੜ ਰੁਪਇਆ ਮੰਗ ਰਹੇ ਹਾਂ ਤੈਨੂੰ ਸੈਂਟਰ ਤੋਂ ਜਦੋਂ ਪੰਜਾਬ ਮਰ ਰਿਹਾ ਉਦੋਂ ਕੋਈ ਲੋੜ ਨਹੀਂ ਉਦੋਂ ਤੂੰ ਹੱਥ ਨਹੀਂ ਅੱਡਣਾ ਜਦੋਂ ਪੰਜਾਬ ਦੀ ਜਵਾਨੀ ਨੂੰ NSA ਲਾ ਕੇ ਡਿਬਰੂਗੜ੍ਹ ਸੱਟਣਾ ਝੂਠੇ ਮੁਕੱਦਮੇ 'ਚ ਫਸਾ ਕੇ ਉਹਨਾਂ ਪਰਿਵਾਰਾਂ ਨੂੰ ਜਲੀਲ ਕਰਨਾ ਉਦੋਂ ਸੈਂਟਰ ਦੇ ਅਮਿਤ ਸ਼ਾਹ ਦੇ ਪੈਰੀਂ ਜਾ ਕੇ ਬੈਠਾ ਸੀਗਾ ਕਿ ਮੈਨੂੰ 25 ਕੰਪਨੀਆਂ ਦਿਓ ਸੈਂਟਰ ਤੋਂ ਉਦੋਂ ਤੈਨੂੰ ਸੈਂਟਰ ਦੀ ਲੋੜ ਹੈ ਉਦੋਂ ਲੋੜ ਹੈ ਤੈਨੂੰ ਸੈਂਟਰ ਦੀ ਵੀ ਹਾਂ ਜਦੋਂ ਪੰਜਾਬ ਦੀ ਜਵਾਨੀ ਮਾਰਨੀ ਹੈ ਜੇਲ੍ਹਾਂ ਸਿੱਟਣੀ ਹੈ ਸਿੱਖਾਂ ਨੂੰ ਬਦਨਾਮ ਕਰਨਾ ਉਦੋਂ ਤੈਨੂੰ ਲੋੜ ਹੈ ਸੈਂਟਰ ਦੀ ਉਦੋਂ ਤੇਰਾ ਪੂਰਾ ਹੱਥ ਮਿਲਿਆ ਹੋਇਆ ਅੰਦਰ ਖਾਤੇ ਤੇਰੀਆਂ ਤਾਰਾਂ ਨਾਗਪੁਰ ਜੁੜੀਆਂ ਹੋਈਆਂ ਉਹਨਾਂ ਨੂੰ ਜਾ ਕੇ ਰਾਇ ਲੈਣਾ ਸਲਾਹ ਲੈਣਾ ਤੇ ਜਦੋਂ ਅੱਜ ਪੰਜਾਬ ਨੂੰ ਲੋੜ ਹੈ ਉਦੋਂ ਕਹਿੰਦਾ ਮੈਂ ਸੈਂਟਰ ਤੋਂ ਭੀਖ ਕਿਉਂ ਮੰਗਾਂ ਬਥੇਰਾ ਪੈਸਾ ਪੈ ਖਜ਼ਾਨੇ 'ਚ ਯਾਰ ਐਡੀਆਂ ਗੱਲਾਂ ਦਾ ਕੜਾਹ ਕਰਨ ਵਾਲਾ ਬੰਦਾ ਇੰਨਾ ਲੋਕਾਂ ਨੂੰ ਗਮਰਾਹ ਕਰਨ ਵਾਲਾ ਬੰਦਾ ਇਹ ਕੀ ਕਰ ਰਿਹਾ ਅੱਜ ਇਹਨੇ ਸੁਖਬੀਰ ਬਾਦਲ ਦੀ ਫੋਟੋ ਪਾਤੀ ਕੋਈ ਹੌਲੀ ਹਾਲੀ ਵਾਲੀ ਕਦੇ ਇਹ ਕੋਈ ਚੁਟਕਲਾ ਸੁਣਾ ਦਿੰਦਾ ਹੈ ਕਦੇ ਇਹ ਕਿਸੇ ਦੇ ਤੰਜ ਕੱਸਦਾ ਹੈ ਕਦੇ ਕਿਸੇ ਦੇ ਤੰਜ ਕੱਸਦਾ ਹੈ ਇਹ ਕਹਿੰਦਾ ਜੀ ਮੈਂ
फलाने नू फड़ के अंदर दे दूंगा जी, देखिया तुसी मेरे वर्गा बंदा, मैं आदे आड़ी नू फड़ के दे दा मनप्रीत बादल नू। मनप्रीत नू लख वारी अंदर दे, जे मनप्रीत ने गलत किया वह कोई मुरली किली का नहीं, अंदर दे। तेरे इहदा विजय सिंगले का की बनिया, फौजे सिंह सरारी का की बनिया, तेरे कटारू चक का की बनिया, किहड़ियां गल्लां करदा तेरी मोगे वाली बीबी एसी ला के घरे ला गई उहदा की बनिया, तेरी आ जगराऊं वाली कोठी दबी बैठी सीगी उहदा की बनिया, आ तेरे होर दो तीन एमएलए जमीना दबी बैठे दवाई बैठे उहनां दा की बनिया, तेरे एमएलए दे खिलाफ तहसीलदारां ने नायब तहसीलदारां ने चिट्ठियां लिखियां कि साथों पैसे मंगदे है, साथों गिफ्ट मंगदे है, उहनां दा की बनिया, किहड़े ड्रामे करी जांदा यार तू, किहड़ियां गल्लां मेरे कोले सवाए चुटकले तो कहानियां तो आ कमेडी करन तो, इह कमेडी हले भी कमेडी कोई करी जांदा, इहनूं समझ नहीं पै रही भी मैं पंजाब दा मुख्यमंत्री हां यार। मैं कहना तू बादलों दीआं फोटोआं पाई जांदा, कदे किसे दीआं फोटोआं पाउंदा, उहदा नकार ते लोकां ने जीरो है, बेरां बट्टे नहीं पुछदा कोई बादलों नूं इत्थे, ना कांग्रसियां नूं, कौन पुछदा इहनां नूं बादलों नूं ते कांग्रसियां नूं। हुण जिथे तू करदा जिथे तू फसदा उथे उथे कोई ना कोई तेरी कहानी हुंदी आ, कोई ना कोई चुटकला हुंदा, गल तू गया कल शहीद अज अपना शहीद आजम ऊधम सिंह दिहाड़े उत्ते, तो उत्थे तू भंडी गया, आहदी लत्त फड़ ली, ओहदी बांह फड़ ली, शहीदां दी गल घट कीती है, आ जिहड़ा तू करदा हुंदा ड्रामेबाजियां, जिहड़ी तू कम कलाकारी कर रहे है, जिहड़ी कमेडी तू कर रहे है, ओ भरावा इह कोई सर्कस दा मदारी नहीं, तू हैगा पंजाब दा मुख्यमंत्री है, सवाए गल्लां तों इलावा इहदे पल्ले कख वी नहीं। और अजकल दा इन्ना हंकार झलकदा इहदीआं गल्लां दे विचों, इन्ना मतलब कि अपने आप नूं समझ ही बैठा भी मैं तां पासे नहीं होना यार। समा भवंत सिंह, समा बड़ा बलवान आ, समा बड़िया बड़िया नूं धरती नाल लिया के पटका के मारदा, तू किहदा पानी हारा, मौका दिता परमात्मा ने, लोकां ने, रब ने, इहनूं सही पासे ला, ये चुटकले कहानियां ना सुना लोकां नूं, ये ड्रामेबाजियां ना कर, ये झूठ तूफान ना मार लोकां नूं, ये कमेडी नहीं हैगी, ये तू कलाकारी नहीं कर रहा, तू अज भी कलाकारी वाला तेरे उही फसिया होया दिमाग दे विच तेरे गेर कि अज भी मैं स्टेज दे उत्ते कलाकारी कर रहा, जां अज मैं विरोधी दल च बैठा, नकारे हुए लोगों के बादल, नकारे हुए कांग्रसी तैनूं बानवे च ताए आ, तू की कर रहा अज, विलकदिया लोग रोज थोड़ा मूंह टुट जाए किसी बंदे का, थोड़े मंत्री का, थोड़े एमएलए का, खुद थोड़ा, तुसीं कोई चिट्टे ते कोई नशे ते बयान दिता, डेढ़ महीना होगा लगातार मानसा चल रहा मोर्चा, कोई थोड़ा बयान नहीं आया।